बाबे असी राह भुल गए थे ते पता नहीं लग्या साला होरे गंदे जे महल्ले च वड़ गए थे ते दस बज गए हुण ते हो रहा किवें कर रहे ने ਹਾਂਜੀ ਅਸੀਂ ਘਰ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਹੋ ਪਾ ਸਾਰੀ ਠੀਕ ਠਾਕ ਹੋਵੋਗੇ ਤੇ ਵੈਲਕਮ ਹੈ ਤੁਹਾਡਾ ਨਵੇਂ ਬਲੌਗ ਚ ਤੇ ਜਿਹੜਾ ਅੱਜ ਦਾ ਬਲੌਗ ਆ ਇਹ ਹੈਗਾ ਡੈਡੀਕੇਟ ਸਾਡੇ ਮਿੰਟੂ ਮਾਮਾ ਜੀ ਨੂੰ ਕਿਉਂਕਿ ਅਸੀਂ ਅੱਜ ਚੱਲੇ ਚੰਡੀਗੜ੍ਹ ਤੇ ਅਸੀਂ ਨਾ ਸਾਰੇ ਭਾਈ ਭਾਈ ਚੱਲਿਆ ਤੇ ਆ ਪਿੱਛੇ ਮਾਸੀ ਦਾ ਮੁੰਡਾ ਹੈ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਆ ਮੇਰੇ ਮਾਮੇ ਦਾ ਮੁੰਡਾ ਤੇ ਸਾਡੇ ਨਾ ਇੱਥੇ ਕੈਨੇਡਾ ਜਾ ਮੇਰਾ ਮਾਮਾ ਤੇ ਉਹ ਪੀ ਆਰ ਹੋਇਆ ਤਾਂ ਕਰਕੇ ਉਹਨਾਂ ਦੀ ਪੀ ਆਰ ਦੀ ਖੁਸ਼ੀ 'ਚ ਪਾਰਟੀ ਕਰਨ ਚੱਲੇ ਸੀ ਚੰਡੀਗੜ੍ਹ ਸਾਰੇ ਮੈਂ ਮੇਰਾ ਭਾਈ ਜਾਣਾ ਸਾਰੇ ਚੱਲੇ ਹਾਂ ਤੇ ਅਸੀਂ ਹੁਣ ਇੱਥੋਂ ਘੱਗੇ ਤੋਂ ਤੁਰ ਪਏ ਤੇਗੇ ਤੇ ਉੱਪਰ ਦੀ ਲਿਆਊਗਾ ਚੱਲ ਤੇ ਹੁਣ ਅਸੀਂ ਮੇਰੇ ਪਿੰਡ ਜਾ ਰਹੇ ਹਾਂ ਉੱਥੋਂ ਮੈਂ ਮੇਰੇ ਭਾਈ ਨੂੰ ਅਸੀਂ ਉੱਥੋਂ ਲੈ ਕੇ ਅਤੇ ਦੋ ਮਾਸੀ ਦੇ ਮੁੰਡੇ ਉੱਥੇ ਆਏ ਹੋਏ ਨੇ ਅਤੇ ਫਿਰ ਅਸੀਂ ਜਾਂਦੇ ਹਾਂ ਚੰਡੀਗੜ੍ਹ ਨੂੰ ਫਿਰ ਤੁਹਾਨੂੰ ਦਿਖਾਉਣੇ ਹਨ ਅੱਜ ਪੂਰਾ ਸਵਾਦ ਆਉਣ ਵਾਲਾ ਫੁੱਲ ਰੌਣਕ ਲੱਗੂ ਅਤੇ ਬਲੌਗ ਨੂੰ ਦੇਖੀ ਜਾਇਓ ਅਤੇ ਹਲੇ ਅਸੀਂ ਨਾਈ ਦੀ ਦੁਕਾਨ 'ਤੇ ਵੀ ਖੜ੍ਹਨਾ ਅਤੇ ਆਹ ਮੇਰੇ ਭਾਈ ਨੇ ਮੁੱਛਾਂ ਮਾਛਾਂ ਸੈੱਟ ਕਰਾਉਣੀਆਂ ਅਤੇ ਜਦ ਮੈਂ ਵਾਲ ਕਰਾਉਣੇ ਸਾਲੇ ਕਿਹੜੀਆਂ ਮੱਛਾਂ ਲਵਾਉਣੀਆਂ ਨੇ ਅਤੇ ਬਾਕੀ ਹੈ ਨਾ ਚਲੋ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਮੇਰੇ ਪਿੰਡ ਜਾ ਕੇ ਮਿੱਤਰੋ ਅਸੀਂ ਆ ਗਏ ਸਾਡੇ ਘਰੇ ਅਤੇ ਇੱਥੇ ਹੋ ਗਏ ਹੈ ਨਾ ਵੀ ਸੈਟਿੰਗ ਜੀ ਕਰ ਲਈ ਅਤੇ ਬਾਕੀ ਮੇਰਾ ਭਾਈ ਵੀ ਤਿਆਰ ਹੋ ਲਿਆ ਅਤੇ ਮਾਸੀ ਦਾ ਮੁੰਡਾ ਵੀ ਆਇਆ ਹੋਇਆ ਅਤੇ ਆਹ ਫਿਰਦਾ ਪਿੱਛੇ ਅਤੇ ਗੱਡੀ ਸਟਾਰਟ ਕਰ ਲਈ ਅਤੇ ਆਪਾਂ ਹੁਣ ਚੱਲਦੇ ਹਾਂ ਹੈ ਨਾ ਬਾਕੀ ਅੰਦਰ ਉਹਨਾਂ ਨੂੰ ਵੀ ਬੁਲਾਉਂਦੇ ਹਾਂ ਅਤੇ ਬਾਕੀ ਫਿਰ ਤੁਹਾਨੂੰ ਦਿਖਾਉਂਦੇ ਹਾਂ ਕੀ ਗੱਲਬਾਤ ਆ ਅਤੇ ਮੈਂ ਅੱਜ ਕਾਫੀ ਦਿਨਾਂ ਬਾਅਦ ਘਰੇ ਆਇਆ ਹਫ਼ਤੇ ਡੇਢ ਹਫ਼ਤੇ ਬਾਅਦ ਘਰੇ ਆਇਆ ਅਤੇ ਬਾਕੀ ਹੈ ਨਾ ਚਲੋ ਗੱਲਾਂ ਕਰਕੇ ਆਪਾਂ ਟਾਈਮ ਨਹੀਂ ਖਰਾਬ ਕਰਦੇ ਆਪਾਂ ਹੁਣ ਚੱਲਦੇ ਹਾਂ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਜੀ ਆਪਾਂ ਖੜ੍ਹੇ ਹੁਣ ਪੰਪ 'ਤੇ ਅਤੇ ਟੈਂਕੀ ਫੁੱਲ ਕਰਾ ਲਈ ਅਤੇ ਫਿਰ ਆਪਾਂ ਚੱਲਦੇ ਹਾਂ ਅਤੇ ਆਹ ਸਾਡਾ ਸਭ ਤੋਂ ਬੜਾ ਭਾਈ ਆ ਇਹ ਲਾਣੇਦਾਰ ਬੰਦਾ ਅਤੇ ਬਾਈ ਇਸ ਤੋਂ ਬਾਅਦ ਹੁਣ ਆਪਾਂ ਉੱਥੇ ਚੰਡੀਗੜ੍ਹ ਜਾ ਰਹੇ ਹਾਂ ਮੜੀ ਭਾਈ ਦੀ ਦਵਾਈ ਲੈਣੀ ਰਸਤੇ 'ਚੋਂ ਲੈ ਕੇ ਫਿਰ ਆਪਾਂ ਜਾਂਦੇ ਹਾਂ ਹੈ ਨਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਉਹਦੀ ਕਾਹਦੀ ਲੈਣੀ ਆ ਸਾਡੀ ਗਲ ਦੀ ਦਵਾਈ ਲੈਣੀ ਗਾਲਾਂ ਦੀ ਨਹੀਂ ਗਾਲਾਂ ਦੀ ਨਹੀਂ ਗਲ ਦੀ ਗਾਲਾਂ ਨਹੀਂ ਗਲ ਦੀ ਦਵਾਈ ਲੈਣੀ ਆ ਅਤੇ ਬਾ ਫਿਰ ਚੱਲਦੇ ਹਾਂ ਅਤੇ ਅੱਜ ਸਾਡਾ ਪਲੈਨ ਬਣਿਆ ਇੱਥੇ ਪੱਬ 'ਚ ਜਾਣ ਦਾ ਚੰਡੀਗੜ੍ਹ ਕਿਹੜਾ ਬਾਬਾ ਸ਼ੂ ਕਿਹੜਾ ਬਾਬਾ ਚੰਡੀਲੈਂਡ ਪੱਬ 'ਚ ਜਾਵਾਂਗੇ ਅਤੇ ਉੱਥੇ ਕਹਿੰਦੇ ਫੁੱਲ ਰੌਣਕ ਹੁੰਦੀ ਆ ਅਤੇ ਵੈਸੇ ਤਾਂ ਅਸੀਂ ਸਾਊ ਆ ਹੈ ਨਾ ਆਪਾਂ ਕੋਈ ਇਹੋ ਜਿਹਾ ਬਾਹਰ ਆਪਦਾ ਇੰਜੋਏ ਕਰੋ ਨਜ਼ਾਰੇ ਲਓ ਅਤੇ ਬਾਕੀ ਚਲੋ ਹੈ ਨਾ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਨਹੀਂ ਉਹ ਤਾਂ ਆਇਆ ਨਾ ਪੁਲ ਦੀ ਬਾਬੇ ਅਸੀਂ ਰਾਹ ਭੁੱਲ ਗਏ ਸੀਗੇ ਤੇ ਪਤਾ ਨੀ ਲੱਗਿਆ ਸਾਲਾ ਹੋਰੇ ਗੰਦੇ ਜੇ ਮਹੱਲੇ ਚ ਵੜ ਗਏ ਸੀਗੇ ਤੇ ਦਸ ਵੱਜ ਗਏ ਹੁਣ ਤੇ ਹੁਣ ਮੈਪ ਸਹੀ ਲੱਭਿਆ ਸਾਨੂੰ ਪਹਿਲਾਂ ਮੈਪ ਤੇ ਮੈਂ ਬੈਠਾ ਸੀਗਾ ਤੇ ਮੈਨੂੰ ਪਤਾ ਨੀ ਸੀ ਮੈਪ ਦਾ ਵੀ ਕਿੱਧਰ ਨੂੰ ਚੱਲ ਹੁਣ ਸਹੀ ਬੈਠੇ ਪਤਾ ਲੱਗਿਆ ਤੇ ਹੁਣ ਜਾਂਦੇ ਆ ਆਪਾਂ 11 ਵਜੇ ਜਾਵਾਂਗੇ ਉੱਥੇ ਓਏ ਆਪਾਂ ਪਹੁੰਚਦੀ ਨਹੀਂ ਹਾਂ ਓਏ ਆਪਾਂ ਪਹੁੰਚਦੀ ਨਹੀਂ ਇਹ ਹੋ ਰਿਹਾ ਕਿਵੇਂ ਕਰ ਰਹੇ ਨੇ ਮੁੰਡੇ ਚੋਜ ਕਰਾਂਗੇ ਇਹ ਕਰਦੇ ਨੇ ਇਹਦਾ ਪੂਰੇ ਸੈੱਟ ਨੇ ਅੰਦਰ ਕਿਹੜਾ ਪੋਸਟਨ ਵਾਈਟ ਹੋ ਤਰਾ ਪੋਸਟਨ ਵਾਈਟ ਹੈ ਕਿਹੜਾ ਹੋਏ ਆ ਰਿਹਾ ਬਾਰਗਨ ਬੂਜ਼ ਬਾਰਗਨ ਬੂਜ਼ ਇਹ ਚ ਜਾਣਾ ਪਰੇ ਗੱਡੀ ਦੇ ਹੁਣ ਗੱਡੀ ਦੇ ਉਹ ਤਾਂ BMW ਦੇ ਬਾਬੇ ਪਹੁੰਚ ਗਏ ਅਸੀਂ ਫਾਈਨਲੀ ਓਹਦਾ ਖੜਾ ਲਾਓ ਪੂਰਾ ਪੰਪ ਕਰਕੇ ਆਇਆ ਸੀ
ਤੇ ਬਾਕੀ ਚਲੋ ਹਣਾ ਹੁਣ ਚੱਲਦੇ ਆ ਪੱਕਾ ਬੰਨ ਲੱਗ ਰਹੀ ਆ ਕਿਵੇਂ ਆ ਰਾਤ ਨੂੰ ਤੈਨੂੰ ਪੂਰੇ ਲਓ ਵੀ ਮਿੱਤਰੋ ਜਮੀ ਜਮੀ ਪੱਕਾ ਪਹੁੰਚ ਗਏ ਆ ਗਏ ਅਸੀਂ ਬੈਠਾ ਅੱਛਾ ਵੀ ਲਾਇਆ ਕਰਦੇ ਲੋ ਆਸ਼ੂ ਕਿੰਨੀਆਂ ਕਿ ਟਿਕਟ ਆਈ ਬਸ ਆਇਆ ਬ్రో ਬਹੁਤ ਔਖ ਰੋ ਗਿਆ ਰਾਜ ਸਾਲਾ ਬਣ ਗਿਆ ਅੰਗਰੇਜ਼ ਤੇ ਬਾਬਿਓ ਇੰਨੀ ਕਿ ਜ਼ਿਆਦਾ ਟ੍ਰੈਫਿਕ ਆ ਫੁੱਲ ਟ੍ਰੈਫਿਕ ਆ ਉਰੇ ਵੀ ਫੁੱਲ ਮੰਨ ਕੇ ਚਲੋ ਪਾਰਕਿੰਗ ਪੂਰੀ ਆ ਤੇਰਾ ਫੋਨ ਉੱਥੇ ਪਿਆ ਗੱਡੀ 'ਚ ਕੱਢ ਰਿਹਾ ਸਾਰਾ ਉਹ ਸਮਾਨ ਤਾਂ ਕੀ ਆ ਮੋਬਾਈਲ ਹੀ ਨੇ ਮੋਬਾਈਲ ਹੀ ਮਹਿੰਗੇ ਨੇ ਆਪਣੇ ਵਾਸਤੇ ਸਾਰਿਆਂ ਦੇ ਓਏ ਸਾਨੂੰ ਤਾਂ ਦਿਖਾ ਯਾਰ ਸਾਰਾ ਆ ਗਏ ਚੋਪਰਾ ਕਿੱਥੇ ਆ ਗਏ ਇੱਕ ਦਿਨ ਆਇਆ ਇੰਨੇ ਦਿਨਾਂ ਬਾਅਦ ਮੈਂ ਇੰਨੇ ਮਹੀਨਿਆਂ ਬਾਅਦ ਇੰਨੇ ਮਹੀਨਿਆਂ ਬਾਅਦ ਤੇ ਫੁੱਲ ਨਜ਼ਾਰਾ ਲੈ ਕੇ ਜਾਣਾ ਠੀਕ ਹੈ ਅੱਜ ਮੈਂ ਕਹਿੰਦਾ ਹੁਣ ਨਹੀਂ ਮੁੜਦੇ ਜੋ ਬਰਾ ਕਾਹਨੂੰ ਬਾਈ ਚਾਬੀਆਂ ਚੁਬੀਆਂ ਪਾ ਲਓ ਤੜਕੀ 4 ਵਜੇ ਮੁੜਾਂਗੇ ਹੁਣ ਤਾਂ ਹੁਣ ਕਿਹੜੀ ਹੁਣ ਨਹੀਂ ਉਹਦਾ ਡੰਗਰਾਂ ਦੇ ਟਾਈਮ ਹੈ ਮੁੜਾਂਗੇ ਪਰ ਇਹ ਐਂ ਨਾ ਛੇੜਾ ਨਾ ਹੁਣ ਤਾਂ ਡੰਗਰ ਭੁੱਲੇ ਹੋ ਕੀ ਹੁੰਦੇ ਨੇ ਤੇ ਬਾਬੇ ਚਲੋ ਹਣਾ ਅੰਦਰ ਜਾ ਕੇ ਮਿਲਦੇ ਹਾਂ ਤੁਹਾਨੂੰ ਚੱਲ ਜਦ ਵੀ ਮਾਰਨਗੇ ਮਰਾ ਲਾਂਗੇ ਬਾ ਹੁਣ ਤਾਂ ਜਦੋਂ ਇਹ ਬਾਬਾ ਵਾਲੇ ਕੱਢਣਗੇ ਉਹਦੀ ਜਾਵਾਂਗੇ ਅਸੀਂ ਵੀ ਮਾਰਨ ਨੂੰ ਬਣਾਵਾਂਗੇ ਵੀ ਰਸਤ ਮਰਾ ਲਾਂਗੇ ਭਾਈ ਆ ਦੇਖੋ ਨਾ ਉਹ ਮੈਂ ਤੇਰੋ ਪਰਚੀ ਪਰਚੀ ਕਰਾ ਲਈ ਇਥੋਂ ਹੈ ਕਬਲ ਐਂਟਰੀ ਆ ਬਾਬਿਓ ਸਾਨੂੰ ਉੱਥੇ ਐਂਟਰੀ ਮਿਲੀ ਕਹਿੰਦੇ 11 ਵਜੇ ਤੋਂ ਬਾਅਦ ਮਿਲੂਗੀ ਤੇ ਉਹਦੇ ਕਿਉਂਕਿ ਕੱਪੜ ਆਉਂਦੇ ਨੇ 11 ਵਜੇ ਤੱਕ ਕੱਪੜ ਵਾਲੇ ਸ਼ੋਅ 'ਚ ਫਿਰਦਾ ਕਿਹੜੇ ਸ਼ੋਅ 'ਚ ਬਾਬੂ ਕੱਪੜ ਵਾਲੇ ਸ਼ੋਅ 'ਚ ਤੇ ਹੁਣ ਅਸੀਂ ਕੁਝ ਖਾਣ ਪੀਣੇ ਜਾ ਰਹੇ ਹਾਂ ਤੇ ਫਿਰ 11 ਵਜੇ ਆਉਣੇ ਹਨਾ ਉਰੇ ਦੁਬਾਰਾ ਆ ਜਾਓ ਫਿਰ 11 ਬਾਬਿਓ ਸਾਨੂੰ ਹੁਣ ਖਾਣ ਪੀਣ ਵਾਲਾ ਸਮਾਨ ਹੁਣ ਲੱਭਿਆ ਇੰਨੇ ਟਾਈਮ ਦੇ ਟੱਕਰਾਂ ਮਾਰ ਰਹੇ ਹਾਂ ਤੇ 11 ਵਜੇ ਉੱਥੇ ਐਂਟਰੀ ਵਾਲੇ ਘੰਟਾ ਪਿਆ ਭੁੱਖ ਲੱਗ ਰਹੀ ਸੀ ਯਾਰ ਆ ਦੇਖੋ ਇੱਕ ਰੈਸਟੋਰੈਂਟ 'ਚ ਮਿਲਿਆ ਤੇ ਠੀਕ ਆ ਦੇਖੋ ਸਾਡੇ ਨਾਲ ਕੀ ਲੱਛਣ ਗਣੇ ਹੁੰਦਾ ਤੇ ਬਾਕੀ ਚਲੋ ਜਾਂਦੇ ਹਾਂ ਲਓ ਵੀ ਮਿੱਤਰੋ ਸਾਡੇ ਬੰਦੇ ਖਾ ਰਹੇ ਨੇ ਪੂਰਾ ਖਾਣਾ ਬਹੁਤ ਜ਼ਿਆਦਾ ਅਸੀਂ ਖਾ ਪੀ ਕੇ ਨਿਕਲ ਗਏ ਤੇ ਹੁਣ ਅਸੀਂ ਜਾ ਰਹੇ ਹਾਂ ਬੱਬ 'ਚ ਤੇ 11:30 ਹੋ ਗਏ ਤੇ ਹੁਣ ਦੇਖ ਰਹੇ ਉੱਥੇ ਕੀ ਮਾਹੌਲ ਚੱਲ ਰਿਹਾ ਨਾ ਨਾਲੇ ਤੁਹਾਨੂੰ ਦਿਖਾਉਣੇ ਆ
मित्रों बहर आ गए थे ना उतो पब चो तो 2:18 हो गए तो हूँ बंद कर देने है ना पर सवाद सानू फुल आया फुल सवाद आया हूँ तो थोड़े सामने हूटर बजन लग गए क्योंकि दुकाना दुकाना जो लग रही ने वो भी चुका देने 2:15 तो आह टाइम जो पब बंद हो जाते हैं तो एक आना होती बैंड जहाँ का एंट्री करते थे तो सवाद फुल आया थोड़ा जा मतलब भी कम वधिया भी है ना खाया पिया वधिया ते इंजॉय करिया ना पूरा बाकी हूँ असी कुल्फे कल्फे खा के हूँ पिंड चले हैं 2:15 हो गए 4:30 बजे नूं पिंड पग जाएंगे मैं फिर सोने जाके ते बहुत थक गए ते पूरा स्वाद आया फुल ते गाने तो साले अद्धे समझ नहीं आए पर कोई गल नहीं डांस पूरा करे ठीक है चलो मिलते हैं ना हूँ अगले ब्लॉग दे विच ते वीडियो में सब्सक्राइब शेयर जरूर कर दिया करो चलो बाय गुड नाइट।